ਕਾਂਗਰਸ ਸਰਕਾਰ ਦੇ ਪਿਛਲੇ ਕਾਰਜਕਾਲ ਸਮੇਂ ਵਿੱਤ ਮੰਤਰੀ ਰਹੇ ਸੁਰਿੰਦਰ ਸਿੰਗਲਾ ਦੇ ਨਵੀਂ ਤਰੱਖੇ ਗਏ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਵੱਲੋਂ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦਿੱਲੀ ਵਿਖੇ ਸ਼ਰਧਾ ਦੇ ਫੁੱਲ ਭੇਂਟ ਕਰਨ ਪਹੁੰਚੇ। ਇਸ ਮੌਕੇ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸ੍ਰੀ ਸਿੰਗਲਾ ਦੀ ਬੇਵਕਤੀ ਮੌਤ ਨਾਲ ਜਿੱਥੇ ਉਨ੍ਹਾਂ ਦੇ ਪਰਿਵਾਰ ਨੂੰ ਭਾਰੀ ਦੁੱਖ ਪਹੁੰਚਿਆ ਹੈ, ਉੱਥੇ ਹੀ ਕਾਂਗਰਸ ਪਾਰਟੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪੰਜਾਬ ਸਰਕਾਰ ਸੀਐਮ ਸਾਹਿਬ ਨੇ ਪਹਿਲਾਂ ਹੀ ਕਹਿਤਾ, ਮੁੱਖ ਮੰਤਰੀ ਜੀ ਨੇ ਉਹਨਾਂ ਦੇ ਜੀਆਂ ਨੂੰ ਮਾਲੀ ਮਦਦ ਵੀ ਦਿੱਤੀ ਜਾਏਗੀ ਐਂਡ ਜੋ ਵੀ ਇਸ ਪੰਜਾਬ ਸਰਕਾਰ ਕਰ ਸਕਦੀ ਹੈ ਵੱਧ ਤੋਂ ਵੱਧ ਉਹਨਾਂ ਦੇ ਨਾਲ ਖੜੀ ਹੈ ਇਸ ਦੁੱਖ ਦੀ ਘੜੀ 'ਚ। ਸਰ, ਜੋਧਪੁਰ ਮਸਲੇ ਦੀ ਗੱਲ ਕੀਤੀ ਜਾਵੇ, ਕੈਪਟਨ ਸਰਕਾਰ ਨੇ 2 ਕਰੋੜ ਰੁਪਈਆ ਦਿੱਤਾ ਸੀਗਾ, ਅੱਜ ਕੇਂਦਰ ਸਰਕਾਰ ਵੱਲੋਂ ਵੀ 2 ਕਰੋੜ ਰੁਪਈਆ ਦੇਣ ਦੀ ਗੱਲ ਜਿਹੜੀ ਆ ਉਹ ਕੋਰਟ ਵਿੱਚ ਕਹੀ ਗਈ ਹੈ। ਗੱਲ ਇਹ ਹੈ, ਕੇਂਦਰ ਵਾਲਿਆਂ ਨੂੰ ਮੋਦੀ ਸਾਹਿਬ ਨੂੰ ਯਾਦ ਹੀ ਬਾਅਦ 'ਚ ਆਉਂਦੀ ਹੈ, ਪਹਿਲਾਂ ਛਿੱਕਾ ਤਾਂ ਫਿਰ ਕੈਪਟਨ ਸਾਹਿਬ ਹੀ ਮਾਰਦੇ ਨੇ। ਕੈਪਟਨ ਸਾਹਿਬ ਜਿਹੜਾ ਫੈਸਲਾ ਲੈਣ ਦੀ ਕਿਸੇ 'ਚ ਜ਼ਰੂਰਤ ਹੀ ਨਹੀਂ, ਹੁਣ ਉਹਨਾਂ ਦੀ ਮਜਬੂਰੀ ਕਾਰਨ ਆ ਕਰ ਰਹੇ ਨੇ। ਔਰ ਕੈਪਟਨ ਸਾਹਿਬ ਤਾਂ ਇਹ ਵੀ ਕਿਹਾ, ਜਿਹੜੇ ਲੋਕ 300 ਕਿ 150 ਨੇ, ਬਾਕੀ ਜਿਹਨਾਂ ਗਰੀਬ ਲੋਕਾਂ ਕੋਲ ਕੇਸ ਲੜਨ ਵਾਸਤੇ ਪੈਸੇ ਹੈ ਨਹੀਂ ਸੀ, ਉਹਨਾਂ ਨੂੰ ਵੀ ਅਸੀਂ ਦੇਵਾਂਗੇ। ਸਰ, ਡਰੱਗਸ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ 'ਚ ਲਗਾਤਾਰ ਚਿੱਟੇ ਦਾ ਬੋਲਬਾਲਾ ਵਾ, ਚਿੱਟਾ ਹੈ ਕੀ ਹੈ? ਚਿੱਟਾ ਤਾਂ ਇਹ ਤਾਂ ਬਾਦਲ ਸਾਹਿਬ ਉਹਨਾਂ ਨੂੰ ਪਤਾ, ਸੁਖਬੀਰ ਨੂੰ ਪਤਾ, ਜਾਂ ਉਹਦੇ ਸਾਲੇ ਨੂੰ ਪਤਾ ਕਿਹੋ ਜਿਹਾ ਹੁੰਦਾ, ਮੈਂ ਤਾਂ ਕਦੇ ਦੇਖਿਆ ਨਹੀਂ। ਪਰ ਜੋ ਗੱਲ ਆਈ ਹੈ ਸਾਹਮਣੇ, ਪਹਿਲਾਂ 10 ਸਾਲ ਦੇ ਵਿੱਚ ਚਿੱਟਾ ਵਿਕਦਾ ਹੁੰਦਾ ਸੀਗਾ, ਸਾਡਾ ਨਹੀਂ। ਹੁਣ ਨਿੱਤ ਦਿਹਾੜੇ 10 ਕਰੋੜ ਦਾ 20 ਕਰੋੜ ਦਾ 5 ਕਰੋੜ ਦਾ ਅਸੀਂ ਫੜ ਰਹੇ ਹਾਂ, ਇਹ ਵੇਚ ਰਹੇ ਪਿਛੋਹਾਂ ਰਹੇ। ਉਸ ਘਾਟ ਕਰਕੇ ਉਹ ਨਸ਼ਾ ਰੁਕ ਗਿਆ, ਉਹ ਫੜਿਆ ਜਾ ਰਿਹਾ। ਔਰ ਜਾਅਲੀ ਨਸ਼ੇ ਬਣਾ ਕੇ ਡਾਕਟਰਾਂ ਦੇ ਵਿੱਚ ਹੋਰ ਕੈਮੀਕਲ ਪਾ ਕੇ ਹੁਣ ਜਿਹੜੇ ਬੱਚੇ ਯੂਜ ਕਰ ਰਹੇ ਨੇ ਉਹਦੇ ਨਾਲ ਨੁਕਸਾਨ ਹੋ ਰਿਹਾ। ਪਰ ਇਹ ਕਿਵੇਂ ਰੋਕਿਆ ਜਾ ਸਕਦਾ? ਇਕੱਲੀ ਸਰਕਾਰ ਕੁਛ ਨਹੀਂ ਕਰ ਸਕਦੀ, ਜਦੋਂ ਘਰ ਦੇ ਬੱਚਿਆਂ ਦੇ ਮਾਪੇ ਨੇ ਉਹਨਾਂ ਨੂੰ ਵੀ ਖਿਆਲ ਰੱਖਣਾ ਪਊਗਾ, ਬੱਚਿਆਂ ਦਾ, ਬੱਚਿਆਂ ਦੇ ਮਾਪਿਆਂ ਨੂੰ ਖਿਆਲ ਰੱਖਣਾ ਪਊਗਾ, ਜਿੱਥੇ ਬੱਚੇ ਪੜ੍ਹਨ ਜਾਂਦੇ ਸਕੂਲ ਕਾਲਜ ਔਰ ਯੂਨੀਵਰਸਿਟੀਆਂ ਦੇ ਵਿੱਚ, ਉਹਨਾਂ ਨੂੰ ਵੀ ਖਿਆਲ ਰੱਖਣਾ ਪਏਗਾ। ਸਾਰੇ ਪੰਜਾਬ ਦੇ ਲੋਕ ਇਕੱਠੇ ਹੋ ਕੇ ਸਾਡਾ ਆਉਣ ਵਾਲਾ ਜਿਹੜਾ ਕੱਲ੍ਹ ਹੈ, ਫਿਊਚਰ ਹੈ ਪੰਜਾਬ ਦਾ, ਨੌਜਵਾਨੀ, ਉਹਨੂੰ ਬਚਾਉਣ ਵਾਸਤੇ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੀ ਬਜਾਏ ਸਰਕਾਰ ਦਾ ਸਾਥ ਦੇਣਾ ਚਾਹੀਦਾ। ਜ਼ਿੰਮੇਵਾਰੀ ਬਣਦੀ ਇਹਦੇ 'ਚ, ਸਰਕਾਰ ਦੀ ਜ਼ਿੰਮੇਵਾਰੀ ਇਹ ਹੈ ਕਿ ਅਸੀਂ ਹਰ ਪਹਿਲੂ 'ਤੇ ਜਿਹੜਾ ਬੰਦਾ ਵੇਚੇਗਾ ਦੇਖੇਗਾ। ਪਰ ਵੇਚਣ ਵਾਲੀ ਗੱਲ ਨਹੀਂ, ਕੋਈ ਡਾਕਟਰਾਂ ਤੋਂ ਤੁਸੀਂ ਸਿਰ ਦੇ ਖੂਨ ਦੀ ਗੋਲੀ ਲਿਆਂਦੀ, ਕੋਈ ਖੰਘ ਦੀ 4 ਸ਼ੀਸ਼ੀਆਂ ਲਿਆਂਦੀ ਆ, ਉੱਥੇ ਸਰਕਾਰ ਕੀ ਕਰੇਗੀ? ਉੱਥੇ ਵੱਡੀ ਜ਼ਿੰਮੇਵਾਰੀ ਜਿੱਥੇ ਬੱਚਾ ਦਵਾਈ ਲੈ ਕੇ ਆਉਂਦਾ ਸਕੂਲ ਵਾਲੇ ਦੀ ਔਰ ਘਰ ਵਾਲਿਆਂ ਦੀ, ਉਹਨਾਂ ਨੂੰ ਵੀ ਨਾਲ ਖਿਆਲ ਰੱਖਣਾ ਪਊਗਾ। ਜਿੱਥੇ ਮੈਂ ਸਵੇਰੇ ਅੱਜ ਸੁਣ ਰਿਹਾ ਸੀ, ਇੱਕ ਮਾਂ ਕਹਿ ਰਹੀ ਸੀ, ਮੇਰਾ ਬੇਟਾ ਮੋਟਰਸਾਈਕਲ 'ਤੇ ਗਿਆ, ਮੈਂ ਉਹਨੂੰ 1000 ਰੁਪਈਆ ਦਿੱਤਾ ਤੜਕੇ ਹੀ, 200 ਰੁਪਈਆ ਟੁੱਟਿਆ ਵੀ ਦਿੱਤਾ। ਜਦੋਂ ਤੁਸੀਂ ਬੱਚਿਆਂ ਨੂੰ ਉੱਠਦੇ ਸਾਰ ਹੀ 1000-1200 ਰੁਪਈਏ ਦੇ ਦਿਓਗੇ, ਬੱਚਾ ਤਾਂ ਗਲਤ ਜਗ੍ਹਾ ਯੂਜ ਕਰੇਗਾ। ਚਿੱਟਾ ਸਰ ਸਿੰਥੈਟਿਕ ਡਰੱਗਸ ਹੈ ਕੀ? ਇਹ ਚੀਜ਼ ਕਿਹੋ ਜਿਹੀ? ਇਹ ਕੋਕੀਨ ਜਿਹੜੀ ਰਿਤ ਦਿਹਾੜੇ ਫੜੀ ਜਾਂਦੀ ਹੈ, ਨਾ ਮੈਂ ਦੇਖਿਆ ਨਾ ਸਾਡੇ ਬਾਪ ਦਾਦੇ ਨੇ ਦੇਖਿਆ ਸੀ। ਇਹ ਤਾਂ ਸੁਣੀ ਜਾਂਦੇ ਹੋ ਪੈਕਟਾਂ 'ਚ, ਦੇਖੀ ਜਾਂਦੇ ਵੀ ਆਹ ਇੰਨੇ ਪੈਕਟ ਫੜੇ ਨੇ, ਆਹ ਰੱਖੇ ਨੇ, ਆਹ ਰੱਖੇ ਨੇ। ਪਰ ਲੇਕਿਨ ਮੈਂ ਇਹ ਕਹਿ ਸਕਦਾ, ਕੈਪਟਨ ਅਮਰਿੰਦਰ ਸਿੰਘ ਨੇ ਵੱਡੇ ਲੋਕਾਂ ਦਾ ਲੱਕ ਤੋੜ ਦਿੱਤਾ, ਚਿੱਟਾ ਵਿਕਣੋ ਪੰਜਾਬ 'ਚ ਬੰਦ ਹੋ ਗਿਆ। ਚਿੱਟਾ ਆਉਂਦਾ ਕਿੱਥੋਂ? ਇਹ ਤਾਂ ਹੁਣ ਉਹ ਜਿਹੜੇ ਪਹਿਲਾਂ ਪਿਛਲੇ 10 ਸਾਲ ਮੁਕਾਉਂਦੇ ਰਹੇ ਉਹਨਾਂ ਨੂੰ ਜ਼ਿਆਦਾ ਪਤਾ ਹੋਏਗਾ। ਠੀਕ ਆਪਣਾ।